ਪਹਿਲੇ ਗੁਰੂ ਦੇ ਸਹਿਬ ਜਾਂਦੇ ਅਸੀਂ ਆ ਫਰਜ਼ਾਦਾ ਸੀ ਆ ਬੇਟੇ ਸੀ ਆ ਗੁਰਤਾ ਗਦੀ ਦਾ ਹੱਕ ਸਾਡਾ ਵਰਦਾ ਇਹ ਬਾਬਾ ਅਮਰਦਾਸ ਗੁਰਤਾ ਗਦੀ ਕਿਵੇਂ ਲੈ ਗਿਆ ਗੁਰਤਾ ਗਦੀ ਦੇ ਬੈਠੇ ਉੱਤੇ ਤਖਤੇ ਤਸਤ ਬੈਠੇ ਹੋਏ ਭਾਈ ਦਾਤੂ ਨੇ ਆ ਕੇ ਬਿਰਧ ਸਰੀਰ ਹੈ ਸੋਚਿਆ ਨਹੀਂ ਵੇਖਿਆ ਨਹੀਂ ਪਚਾਰਿਆ ਨਹੀਂ ਕਿਵੇਂ ਬਜ਼ੁਰਗ ਦੇ ਪਿੱਠ ਵਿੱਚ ਠੁੱਡਾ ਲੱਗਾ ਬਾਬ ਇਹ ਨਹੀਂ ਵਿਚਾਰਿਆ ਦਾਤੂ ਨੇ ਆ ਕੇ ਬਾਬੇ ਬੰਦਾ ਦੇ ਪਿੱਠ ਵਿੱਚ ਠੁੱਡਾ ਮਾਰਿਆ ਸਦੇ ਡਿੱਗ ਪਏ ਅੰਬਲ ਦਾਤੀ ਡੋਲ ਕੇ ਅੰਬਲ ਦੇ ਤਾਰ ਮਾਰੇ ਜਦੋਂ ਦਾਤੂ ਨੇ ਕਹਿਰ ਗੁਜ਼ਾਰਿਆ ਸੀ ਕਿਰਤ ਸਰੀਰ ਸੀ ਜੋਤ ਮਨ ਦੀ ਬੈਠੀ ਤਖਤ ਉੱਤੇ ਛੋਟਾ ਪਿੱਠ ਵਿੱਚ ਆਰ ਕੇ ਮਾਰਿਆ ਸੀ ਡਿੱਗ ਤਖਤ ਤੋਂ ਸੰਭਲ ਕੇ ਉੱਠ ਬੈਠੇ ਪੋਲੇ ਮੁਖਤਰੋਂ ਇਹ ਕਹਿਣ ਲੱਗੇ ਡਿੱਗ ਤਖਤ ਤੋਂ ਸੰਭਲ ਕੇ ਉੱਠ ਬੈਠੇ ਪੋਲੇ ਮੁਖਤਰੋਂ ਇਹ ਫਰਮਾਨ ਲੱਗੇ ਨਰਮ ਪੈਰ ਤੇ ਲੱਗੇ ਕਿਤੇ ਸੰਤਾਰੀ ਹੱਥਾਂ ਨਾਲੋਂ ਉਹ ਚਲਨ ਦਬਾਉਣ ਲੱਗੇ ਕਿੰਨੀ ਨਿਮਰਤਾ ਨਰਮ ਪੈਰਾਂ ਤੇ ਲੱਗੀ ਕਿਤੇ ਸਖਤਾ ਨੇ ਆਪਣੇ ਹੱਥਾਂ ਦੇ ਨਾਲ ਦਬਾਉਣ ਲੱਗੀ ਬੜੇ ਪਿਆਰ ਦੇ ਨਾਲ ਭਾਈ ਦਾਤੂ ਦੇ ਚਰਨ ਫੜਨੇ ਗੁਰੂ ਆਪਣੇ ਬਾਬੇ ਅਮਰਦਾਸ ਨੇ ਕਹਿਣ ਲੱਗੇ ਦਾਤੂ ਮੇਰਾ ਸਰੀਰ ਬਜ਼ੁਰਗ ਹੋ ਗਿਆ ਸਿਆਣਾ ਹੋ ਗਿਆ ਇਹਦੇ ਨਾਲ ਮੇਰੇ ਹੱਥ ਵੀ ਕਰੜੇ ਸਖਤ ਹੋ ਗਏ ਪੁੱਤਰਾ ਤੂੰ ਤੇ ਅਜੇ ਛੋਟੀ ਵਸਦਾ ਅਜੇ ਤੇਰੇ ਪੈਰ ਵੀ ਨਰਮ ਨੇ ਤੇਰੇ ਚਰਨ ਵੀ ਨਰਮ ਨੇ ਤੂੰ ਸਾਡੇ ਪਿੱਠ ਵਿੱਚ ਠੁੱਡਾ ਮਾਰਿਆ ਮੇਰੇ ਨਰਮ ਹੱਡਾਂ ਦੇ ਨਾਲ ਤੇਰੇ ਪੈਰਾਂ ਤੇ ਸਖਤਾ ਨਹੀਂ ਲੱਗੀ ਜਾਂ ਮੈਂ ਦਬਾ ਦੇ ਜਦੋਂ ਇਹ ਗੱਲ ਆਖੇ ਭਾਈ ਦਾਤੇ ਦੇ ਕੋਲੋਂ ਅਮਰਦਾਸ ਮੰਗਦੇ ਚਰਨ ਫੜਦੇ ਕਹਿੰਦੇ ਕੈਸੀ ਨਿਮਰਤਾ ਨੇ ਇਸ ਸਤਸੰਗ ਦੀ ਉਹ ਆਤਮ ਸਮੇਂ ਸਿੱਖਾਂ ਨੂੰ ਪਤਾ ਲੱਗਿਆ ਆਪ ਮੁਖਤੇ ਨੂੰ ਪਤਾ ਲੱਗਿਆ ਬਾਬੇ ਨਰਮ ਦੇ ਮੰਨਣ ਵਾਲੀ ਜਿਹੜੀ ਸੰਗਤ ਹੈ ਮਹਾਰਾਜ ਦੇ ਕੋਲ ਆਈ ਬਾਬੇ ਅਮਰਦਾਸ ਦੇ ਕੋਲ ਆਈ ਮਹਾਰਾਜ ਤੁਹਾਡੇ ਬਾਅਦ ਤੁਹਾਡੀ ਜੋਤ ਕਿਹਦੇ ਵਿੱਚ ਟਿਕੇਗੀ ਕਿੱਥੇ ਨਿਵਾਸ ਕਰੇਗੀ ਭਾਈ ਜੇਠਾ ਜੀ ਗੁਰੂ ਪਾਤਸ਼ਾਹ ਦਾ ਦਰਬਾਰ ਜਿਹਦਾ ਪਹਿਲਾ ਨਾਮ ਜੇਠਾ ਹੈ ਗੁਰ ਸ਼ਤਲ ਜੀ ਆਇਆ ਮਹਾਰਾਜ ਨੇ ਆਪਣੀ ਲੜਕੀ ਭਾਨੀ ਦਾ ਵਿਆਹ ਇਹਦੇ ਨਾਲ ਕੀਤਾ ਇਹਦਾ ਨਾਮ ਅਮਰ ਰਾਮਦਾਸ ਰੱਖਿਆ ਰਾਮਦਾਸ ਸਰੋਵਰ ਨਾਤੇ ਸਭ ਤੇਰੇ ਪਾਪ ਕਮਾਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਸੰਗਤ ਜੀਓ